ਅੱਜ ਆਪਾਂ ਜੂਨ 1984 ਘੱਲੂਘਾਰੇ ਬਾਰੇ ਜ਼ਿਕਰ ਕਰਾਂਗੇ। ਜੂਨ 1984 ਮੌਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਕੀ ਰੋਲ ਰਿਹਾ, ਕਿਉਂਕਿ ਉਸ ਸਮੇਂ ਤਿੰਨ ਸ਼ਖਸੀਅਤਾਂ ਸਨ ਅਕਾਲੀ ਦਲ ਵਿੱਚ। ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ, ਦੂਸਰਾ ਸਮੇਂ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਤੇ ਤੀਸਰਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ। ਅਕਾਲੀ ਦਲ ਦੇ ਇਹ ਤਿੰਨ ਮੁੱਖ ਚਿਹਰੇ ਸਨ ਜਦੋਂ 1984 ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਟੈਂਕਾਂ ਦੇ ਨਾਲ ਉਸ ਸਮੇਂ ਦੀ ਹਕੂਮਤ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਆਦੇਸ਼ਾਂ ਦੇ ਮੁਤਾਬਕ ਹਮਲਾ ਕੀਤਾ ਗਿਆ। ਅਣਗਿਣਤ ਬੇਦੋਸ਼ੇ ਨਿਰਦੋਸ਼ ਸਿੱਖ ਸ਼ਹੀਦ ਹੋਏ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਸਿੱਖ ਕੌਮ ਦੇ ਆਗੂ, ਫੈਡਰੇਸ਼ਨ ਦੇ ਆਗੂ ਉਸ ਵਿੱਚ ਸ਼ਹੀਦ ਹੋ ਗਏ। ਉਸ ਵਕਤ ਦਾ ਘਾਟਾ ਕੌਮ ਨੂੰ ਕਦੇ ਪੂਰਾ ਨਹੀਂ ਹੋਵੇਗਾ। ਮੇਰੇ ਹੱਥ ਵਿੱਚ ਚਿੱਠੀ ਹੈ ਜੋ 2 ਜੂਨ 1984 ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਲਿਖੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ। ਇੱਥੇ ਤੁਹਾਡੇ ਨਾਲ ਮੈਂ ਦੋ ਗੱਲਾਂ ਸਾਂਝੀਆਂ ਕਰਾਂਗਾ। ਹਰ ਇੱਕ ਪੱਖ ਪੋਜ਼ਿਟਿਵ ਅਤੇ ਨੈਗੇਟਿਵ ਹੁੰਦਾ ਹੈ। ਜੋ ਅੱਜ ਇਸ ਚਿੱਠੀ ਵਿੱਚ ਲਿਖਿਆ ਸੀ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ, ਉਸ ਸਮੇਂ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ, ਉਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੱਚ ਕਿਤੇ ਨਾ ਕਿਤੇ ਛੁਪਿਆ ਰਹਿ ਗਿਆ ਹੈ। 1 ਜੂਨ 1984 ਨੂੰ ਭਾਰਤੀ ਫੌਜ ਨੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ। ਕਰੀਬ 7 ਤੋਂ 8 ਘੰਟੇ ਫਾਇਰਿੰਗ ਚੱਲੀ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੁਕਸਾਨੀ ਗਈ, ਹਰਿਮੰਦਰ ਸਾਹਿਬ ਦੀ ਇਮਾਰਤ ਨੁਕਸਾਨੀ ਗਈ, ਕਈ ਸਿੰਘ ਸ਼ਹੀਦ ਹੋਏ ਉਹਦੇ ਵਿੱਚ, ਕਈ ਸਿੱਖ ਜਿਹੜੀ ਨਾ ਸੰਗਤਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਈਆਂ ਸੀ ਉਹ ਸਿੱਖ ਸੰਗਤਾਂ 'ਤੇ ਵੀ ਗੋਲੀ ਚੱਲੀ, ਉਹ ਵੀ ਉੱਥੇ ਸ਼ਹੀਦ ਹੋਈਆਂ। ਜਦੋਂ ਇਹ ਘਟਨਾ ਅੱਗ ਵਾਂਗੂ ਸਾਰੇ ਪੰਜਾਬ ਹੀ ਨਹੀਂ ਭਾਰਤ ਪੂਰੇ ਦੇਸ਼ ਵਿਦੇਸ਼ ਦੇ ਕੋਨਿਆਂ ਤੱਕ ਫੈਲ ਗਈ ਤਾਂ ਉਸ ਵਕਤ ਸਿੱਖ ਪੰਥ ਦੀਆਂ ਇਹ ਤਿੰਨ ਸ਼ਖਸੀਅਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਨਹੀਂ ਸਨ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਉਸ ਸਮੇਂ ਸਾਰਿਆਂ ਨੂੰ ਸੁਨੇਹੇ ਭੇਜੇ ਫੋਨਾਂ ਦੇ ਰਾਹੀਂ। ਤਤਕਾਲੀ ਮੀਟਿੰਗ ਸੱਦੀ ਦੀਵਾਨ ਹਾਲ ਮੰਜੀ ਹਾਲ ਦੇ ਵਿੱਚ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ 'ਤੇ। ਪਰ ਉਸ ਵਕਤ ਜਥੇਦਾਰ ਟੌੜਾ, ਉਹਨਾਂ ਦੇ ਕਹਿਣ ਦੇ ਮੁਤਾਬਕ ਜੋ ਸਾਨੂੰ ਡਾਟਾ ਮਿਲਿਆ, ਉਹ ਬਿਮਾਰ ਸਨ ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਨ। 1 ਜੂਨ ਨੂੰ ਜਦੋਂ ਉਹਨਾਂ ਤੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਸੁਨੇਹਾ ਪਹੁੰਚਦਾ ਹੈ ਕਿ ਉੱਥੇ ਹਮਲਾ ਹੋਇਆ, ਉਹਨਾਂ ਨੂੰ ਪਤਾ ਲੱਗਦਾ ਹੈ, ਕਿਉਂਕਿ ਅੱਜ ਦੀ ਤਰ੍ਹਾਂ ਇੰਨਾ ਨੈਟਵਰਕ ਨਹੀਂ ਸੀ ਜਿੰਨਾ ਅੱਜ ਨੈਟਵਰਕ। ਉਦੋਂ ਨੈਟਵਰਕ ਥੋੜ੍ਹਾ ਘੱਟ ਸੀ, ਫੋਨ ਦੇ ਸਾਧਨ, ਨੈਟਵਰਕ ਦੇ ਸਾਧਨ ਘੱਟ ਸਨ। ਜਦੋਂ ਉਹਨਾਂ ਤੱਕ ਇਹ ਖਬਰ ਪਹੁੰਚਦੀ, ਉਹਨਾਂ ਨੂੰ ਪਤਾ ਪਾਉਣ ਲੱਗਦਾ ਹੈ, ਤਾਂ ਉਹ ਉਸੇ ਵਕਤ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੱਕ ਪਹੁੰਚ ਜਾਂਦੇ ਨੇ। 2 ਜੂਨ ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ, ਸੰਤ ਹਰਚੰਦ ਸਿੰਘ ਲੌਂਗੋਵਾਲ ਅੰਮ੍ਰਿਤਸਰ ਮੀਟਿੰਗ ਲਈ ਪਹੁੰਚ ਜਾਂਦੇ ਹਨ। ਪਰ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੁੰਦੇ। ਜਥੇਦਾਰ ਗੁਰਚਰਨ ਸਿੰਘ ਟੌੜਾ ਇੱਕ ਇੰਟਰਵਿਊ ਵਿੱਚ ਆਖਦੇ ਹਨ ਕਿ ਉਹ ਜਦੋਂ 2 ਜੂਨ ਨੂੰ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਤਾਂ ਕਰੀਬ ਜੋ ਉਹਨਾਂ ਨੇ ਜਾਇਜ਼ਾ ਲਿਆ, ਉਸ ਤੋਂ ਬਾਅਦ 2 ਜੂਨ ਦੀ ਰਾਤ ਉਹਨਾਂ ਦੀ ਮੁਲਾਕਾਤ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਹੋਈ। ਅਤੇ ਉਹ ਮੁਲਾਕਾਤ ਵਿੱਚ ਉਹ ਇਹ ਗੱਲ ਦਾ ਜ਼ਿਕਰ ਕਰਦੇ ਹਨ ਕਿ ਨਾ ਤਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਪਤਾ ਸੀ ਕਿ ਐਡਾ ਭਿਆਨਕ ਹਮਲਾ ਸਮੇਂ ਦੀ ਹਕੂਮਤ ਵੱਲੋਂ, ਸਮੇਂ ਦੀ ਫੌਜ ਵੱਲੋਂ ਕੀਤਾ ਜਾਵੇਗਾ, ਅਤੇ ਨਾ ਹੀ ਉਸ ਵਕਤ ਜਥੇਦਾਰ ਟੌੜਾ ਆਖਦੇ ਹਨ ਕਿ ਸਾਨੂੰ ਪਤਾ ਸੀ, ਅਤੇ ਨਾ ਹੀ ਹਰਚੰਦ ਸਿੰਘ ਲੌਂਗੋਵਾਲ ਨੂੰ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਉੱਥੇ ਪਹੁੰਚੇ ਹੀ ਨਹੀਂ ਸਨ।
ਸਾਰੀ ਵਿਉਂਤਬੰਦੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸੰਤ ਜੀ ਹੁਣ ਕੀ ਹੋਵੇਗਾ, ਅਤੇ ਸੰਤ ਗਿਆਨੀ ਗੁਰਦਿਆਲ ਸਿੰਘ ਭਿੰਡਰਾਂਵਾਲੇ ਆਖਦੇ ਹਨ ਕਿ ਅਸੀਂ ਹੁਣ ਇੱਥੇ ਲੜਾਂਗੇ, ਸਾਡੀ ਸ਼ਹੀਦੀ ਸਾਨੂੰ ਮਨਜ਼ੂਰ ਹੈ, ਪਰ ਅਸੀਂ ਸਮੇਂ ਦੀ ਹਕੂਮਤ ਨਾਲ ਟਾਕਰਾ ਜ਼ਰੂਰ ਕਰਾਂਗੇ, ਜੋ ਫੌਜ ਸਾਡੇ ਤਖ਼ਤ 'ਤੇ ਚੜ੍ਹ ਕੇ ਆਈ ਹੈ ਉਹਨਾਂ ਨੂੰ ਅਸੀਂ ਰੋਕਣ ਲਈ ਅੰਤਿਮ ਸਾਹ ਤੱਕ ਲੜਾਂਗੇ। ਉਹੀ ਹੋਇਆ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਅੰਤਿਮ ਸਾਹਾਂ ਤੱਕ ਲੜਦੇ ਲੜਦੇ ਸ਼ਹੀਦ ਹੋ ਗਏ। ਹੁਣ ਮੈਂ ਜ਼ਿਕਰ ਕੀਤਾ ਸੀ ਕਿ ਇਹ ਚਿੱਠੀ ਦੇ ਵਿੱਚ ਕੀ ਲਿਖਿਆ, ਇਹ ਚਿੱਠੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ 2 ਜੂਨ 1984 ਨੂੰ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਲਿਖੀ ਹੈ। ਇਹ ਅੰਗਰੇਜ਼ੀ ਦੇ ਵਿੱਚ ਹੈ, ਜਿਸ ਦਾ ਅਸੀਂ ਟਰਾਂਸਲੇਟ ਪੰਜਾਬੀ ਦੇ ਵਿੱਚ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿਸ ਦਾ ਟਰਾਂਸਲੇਟ ਇਸ ਪੰਜਾਬੀ ਦੀ ਕਿਤਾਬ ਵਿੱਚ ਵੀ ਕੀਤਾ ਗਿਆ ਹੈ। ਜਿਸ ਕਿਤਾਬ ਦਾ ਨਾਂ ਹੈ ਸਿੱਖ ਸਿਆਸਤ ਦਾ ਸ਼ਾਹ ਸਵਾਰ, ਜਥੇਦਾਰ ਗੁਰਚਰਨ ਸਿੰਘ ਟੌੜਾ। ਉਹ ਇਸ ਚਿੱਠੀ ਨੂੰ ਰੋਸਮਈ ਖੱਤ ਵਜੋਂ ਲਿਖਦੇ ਹਨ। ਮੈਡਮ ਪ੍ਰਧਾਨ ਮੰਤਰੀ, ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਤੁਹਾਡਾ ਧਿਆਨ ਅੰਦੋਲਨ ਵੱਲ ਦਿਵਾਉਣਾ ਚਾਹੁੰਦਾ ਹਾਂ, ਜੋ ਪਿਛਲੇ 2 ਸਾਲਾਂ ਤੋਂ ਸਿੱਖਾਂ ਦੇ ਵਿਰੁੱਧ ਚੱਲ ਰਿਹਾ ਹੈ। ਸਿੱਖ ਲੀਡਰਸ਼ਿਪ ਇਸ ਆਸ ਵਿੱਚ ਸਭ ਕੁਝ ਸਹਿਣ ਕਰ ਰਹੀ ਹੈ ਕਿ ਸਰਕਾਰ ਕੋਈ ਨਾ ਕੋਈ ਹੱਲ ਜ਼ਰੂਰ ਕਰੇਗੀ, ਪਰ ਜਿਸ ਤਰ੍ਹਾਂ ਇਹ ਭਿਆਨਕ ਅੰਦੋਲਨ ਸਿੱਖਾਂ ਦੇ ਵਿਰੁੱਧ ਚੱਲ ਰਿਹਾ ਹੈ, ਉਸ ਨਾਲ ਸਾਰੀਆਂ ਆਸਾਂ ਖਤਮ ਹੁੰਦੀਆਂ ਜਾ ਰਹੀਆਂ ਨੇ। ਇਹ ਸਿੱਖ ਵਿਰੋਧੀ ਅੰਦੋਲਨ ਆਪਣੇ ਸਿਖਰ 'ਤੇ ਕੱਲ੍ਹ ਉਸ ਸਮੇਂ ਪਹੁੰਚ ਗਿਆ ਜਦੋਂ ਸਰਕਾਰ ਦੇ ਆਦੇਸ਼ਾਂ ਨਾਲ CRPF ਅਤੇ BSF ਨੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰ ਦਿੱਤਾ, ਭਾਵ 1 ਜੂਨ ਨੂੰ ਹਮਲਾ ਕਰ ਦਿੱਤਾ, ਅਤੇ ਇਹ 7 ਘੰਟੇ ਲਗਾਤਾਰ ਹਮਲਾ ਚੱਲਿਆ ਅਤੇ ਉਹਦੇ ਵਿੱਚ ਕਈ ਸਿੱਖ ਸੰਗਤਾਂ ਅਤੇ ਸ਼ਰਧਾਲੂ ਮਾਰੇ ਗਏ, ਅਨੇਕਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਮੁੱਢਲਾ ਹਿੱਸਾ ਵੀ ਨੁਕਸਾਨਿਆ ਗਿਆ ਅਤੇ ਹਰਿਮੰਦਰ ਸਾਹਿਬ ਦੀ ਇਮਾਰਤ ਅਤੇ ਹੋਰ ਆਸੇ ਪਾਸੇ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਇਹ ਮਸ਼ੀਨ ਗੰਨਾਂ ਦੇ ਨਾਲ ਕੀਤਾ ਹਮਲਾ ਅੱਜ ਤੱਕ ਕਦੇ ਵੀ ਨਹੀਂ ਹੋਇਆ, ਨਾ ਤਾਂ ਅੰਗਰੇਜ਼ੀ ਸਰਕਾਰ ਮੌਕੇ ਹੋਇਆ ਅਤੇ ਨਾ ਹੀ ਅਜਿਹਾ ਹਮਲਾ ਅਬਦਾਲ ਮੌਕੇ ਹੋਇਆ। ਇਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ 'ਤੇ ਜੋ ਗੋਲੀਆਂ ਦੇ ਨਿਸ਼ਾਨ ਨੇ, ਦਾਗ ਨੇ, ਇਹ ਦੇਸ਼ ਦੇ ਮੂੰਹ 'ਤੇ ਦਾਗ ਹੋਣਗੇ ਜੋ ਕਈ ਸਾਲਾਂ ਤੱਕ ਭਰੇ ਨਹੀਂ ਜਾਣਗੇ। ਇਸ ਤਰ੍ਹਾਂ ਦਾ ਹਮਲਾ ਕਿਸੇ ਵੀ ਸਰਕਾਰ ਨੂੰ ਹਿਲਾ ਸਕਦਾ ਹੈ, ਪਰ ਤੁਹਾਡੀ ਸਰਕਾਰ ਇਹ ਮੰਜ਼ਰ ਵੇਖ ਕੇ ਟਸ ਤੋਂ ਮਸ ਨਹੀਂ ਹੋ ਰਹੀ। ਮੈਡਮ ਪ੍ਰਧਾਨ ਮੰਤਰੀ, ਮੈਂ ਇਸ ਗੱਲ 'ਤੇ ਯਕੀਨ ਕਰਦਾ ਹਾਂ ਕਿ ਕਿਸੇ ਹੱਕੀ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਅਤੇ ਤੁਹਾਨੂੰ ਵੀ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ, ਅਤੇ ਇਸ ਅੰਦੋਲਨ ਵਿੱਚ ਤੁਹਾਡੀ ਜਿੱਤ ਨਹੀਂ ਹੋਵੇਗੀ, ਕਿਉਂਕਿ ਸਿੱਖ ਤਾਂ ਸ਼ੁਰੂ ਤੋਂ ਹੀ ਕਿਸੇ ਜ਼ੁਲਮ ਅੱਗੇ ਨਾ ਝੁਕਣ ਵਾਲੀ ਕੌਮ ਨਾਲ ਜਾਣੇ ਜਾਂਦੇ ਹਨ। ਤੁਸੀਂ ਬਹੁਤ ਵਾਰ ਸਿੱਖਾਂ ਦੀ ਆਜ਼ਾਦੀ ਸਮੇਂ ਪਾਏ ਯੋਗਦਾਨ ਲਈ ਤਾਰੀਫ ਕੀਤੀ ਹੈ, ਉਹਨਾਂ ਦੇ ਰੱਖਿਆ ਵਿਕਾਸ ਵਿੱਚ ਨਿਭਾਈ ਭੂਮਿਕਾ ਦੀ ਤੁਸੀਂ ਅਕਸਰ ਸ਼ਲਾਘਾ ਕੀਤੀ ਹੈ, ਫਿਰ ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਅਜਿਹਾ ਤੋਹਫ਼ਾ ਦੇ ਰਹੇ ਹੋ। ਮੈਡਮ ਪ੍ਰਧਾਨ ਮੰਤਰੀ, ਮੈਂ ਆਸ ਕਰਦਾ ਹਾਂ ਕਿ ਤੁਸੀਂ ਸਮਝ ਸਕੋਗੇ ਕਿ ਭਾਰਤ ਅਜੇ ਜਵਾਨ ਹੈ ਅਤੇ ਅੱਗ ਨਾਲ ਖੇਡ ਰਿਹਾ ਹੈ, ਪਰ ਇਹ ਉਹ ਅੱਗ ਹੈ ਜਿਸ ਨਾਲ ਸਿੱਖਾਂ ਨੂੰ ਉਹ ਮਾਰ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਅੱਗ ਨੂੰ ਹਜੇ ਵੀ ਰੋਕ ਲਓ, ਨਹੀਂ ਇਹ ਅੱਗ ਸਾਰੇ ਦੇਸ਼ ਨੂੰ ਆਪਣੀਆਂ ਲਪਟਾਂ ਵਿੱਚ ਲੈ ਲਵੇਗੀ। ਇਹ ਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਜੋ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਚਿੱਠੀ ਲਿਖੀ ਸੀ। ਪਰ ਉਸ ਵਕਤ ਸਮੇਂ ਦੀ ਹਕੂਮਤ ਨੇ ਇਹ ਹਮਲਾ ਰੋਕਣਾ ਤਾਂ ਕੀ ਸੀ, 1-2 ਦਿਨਾਂ ਬਾਅਦ ਭਾਵ 3-4 ਜੂਨ ਨੂੰ ਟੈਂਕ ਵਾੜੇ ਗਏ ਹਰਿਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ, ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ। ਇਹ ਭਿਆਨਕ ਹਮਲਾ ਸਿੱਖ ਕੌਮ ਕਦੇ ਭੁੱਲ ਨਹੀਂ ਪਾਵੇਗੀ। ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਹ ਹਮਲੇ ਦਾ ਦਰਦ, ਇਹ ਪੀੜਾ ਸਦੀਆਂ ਤੱਕ ਯਾਦ ਰੱਖਣਗੇ। ਹਰੇਕ ਘਟਨਾ ਦੇ 2 ਪੱਖ 2 ਪਹਿਲੂ ਹੁੰਦੇ ਹਨ। ਸਿੱਖ ਸੰਗਤਾਂ ਵੀਡੀਓ ਦੇਖਣ ਵਾਲੀਆਂ ਭਲੀ ਭਾਂਤ ਜਾਣਦੀਆਂ ਹਨ ਕਿ ਉਸ ਸਮੇਂ ਜਥੇਦਾਰ ਗੁਰਚਰਨ ਸਿੰਘ ਟੌੜਾ, ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਂ ਦੇ ਇਹਨਾਂ ਅਹੁਦੇਦਾਰਾਂ ਦਾ ਕੀ ਰੋਲ ਰਿਹਾ। ਸਾਡਾ ਮਕਸਦ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੁਆਰਾ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਲਿਖੀ
ਇਹ ਚਿੱਠੀ ਬਾਰੇ ਦੱਸਣਾ ਸੀ।